ਕਰੀਬ 300 ਭਾਰਤੀ ਨਾਗਰਿਕ ਜਦੋਂ ਮਨੁੱਖੀ ਤਸਕਰੀ ਦੀ ਕੋਸ਼ਿਸ਼ ਕਰਨ ਵਿੱਚ ਨਾਕਾਮ ਰਹੇ, ਨਿਕਾਰਾਗੁਆ ਜਾਣ ਵਾਲੇ ਰੁਮਾਨੀਆਈ ਚਾਰਟਰ ਹਵਾਈ ਜਹਾਜ਼ ਵਿੱਚ ਸਵਾਰ ਹੋ ਰਹੇ ਸਨ ਤਾਂ ਉਹਨਾਂ ਨੂੰ ਨਹੀਂ ਸੀ ਪਤਾ ਕਿ ਖੁਸ਼ਹਾਲ ਉੱਤਰੀ ਅਮਰੀਕਾ ਵਿੱਚ ਦਾਖਲ ਹੋਣ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਮਹੀਨਾ ਪਹਿਲਾਂ ਹੀ ਤਬਾਹ ਹੋ ਚੁੱਕੀਆਂ ਸਨ। ਡੰਡੀ ਨੈਕਸਪ੍ਰੈਸ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਬੀਤੀ 12 ਨਵੰਬਰ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਨੈਸ਼ਨਲਿਟੀ ਐਕਟ ਤਹਿਤ ਉਹ ਨਿਯਮ ਆਇਦ ਕਰ ਦਿੱਤਾ ਸੀ ਜਿਸ ਤਹਿਤ ਨਿਯਮਿਤ ਤੌਰ ਤੇ ਚਾਰਟਰ ਉਡਾਣਾਂ ਰਾਹੀਂ ਵਿਦੇਸ਼ੀਆਂ ਨੂੰ ਨਿਕਾਰਾਗੁਆ ਵਿੱਚ ਲਿਆ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ ਤੇ ਸਜ਼ਾ ਦਿੱਤੀ ਜਾਵੇਗੀ। ਦੰਡੀ ਵਿਭਾਗ ਦਾ ਦੋਸ਼ ਹੈ ਕਿ ਇਹਨਾਂ ਮਨੁੱਖੀ ਤਸਕਰਾਂ ਦਾ ਇਰਾਦਾ ਅਖੀਰ ਇਹਨਾਂ ਵਿਦੇਸ਼ੀਆਂ ਨੂੰ ਉੱਤਰ ਵੱਲ ਜਾਂਦੇ ਖਤਰਨਾਕ ਜ਼ਮੀਨੀ ਤੇ ਸਮੁੰਦਰੀ ਰਸਤਿਆਂ ਰਾਹੀਂ ਅਮਰੀਕਾ ਵਿੱਚ ਧੱਕਣ ਦਾ ਸੀ। ਡੰਡੀ ਇਸ ਐਲਾਨ ਵੱਲ ਉਦੋਂ ਭਾਰਤ ਵਿੱਚ ਸ਼ਾਇਦ ਹੀ ਕਿਸੇ ਨੇ ਧਿਆਨ ਦਿੱਤਾ ਹੋਵੇ, ਜਿਸ ਦੇ 4 ਮੁੱਖ ਨੁਕਤੇ ਸਨ। ਡੰਡੀ ਪਹਿਲਾ, ਅਮਰੀਕਾ ਵਿੱਚ ਨਜਾਇਜ਼ ਢੰਗ ਨਾਲ ਕਰਨ ਦੇ ਚਾਹਵਾਨ ਪ੍ਰਵਾਸੀਆਂ ਲਈ ਨਿਕਾਰਾਗੁਆ ਨਵੇਂ ਗੈਰ ਕਾਨੂੰਨੀ ਲਾਂਘੇ ਵਜੋਂ ਉਭਰਿਆ ਅਤੇ ਜੋ ਬਾਈਡਨ ਪ੍ਰਸ਼ਾਸਨ ਇਸ ਘਪਲੇ ਨੂੰ ਖਤਮ ਕਰਨ ਦੀਆਂ ਤਿਆਰੀਆਂ ਵਿੱਚ ਹੈ। ਡੰਡੀ ਦੂਜਾ, ਅਪਰਾਧੀਆਂ ਦੇ ਗਰੋਹ ਪ੍ਰਵਾਸੀਆਂ ਤੋਂ ਇਸ ਕੰਮ ਲਈ ਜਬਰੀ ਵਸੂਲੀ ਦੇ ਪੱਧਰ ਤੱਕ ਦੀਆਂ ਕੀਮਤਾਂ ਵਸੂਲ ਰਹੇ ਹਨ ਅਤੇ ਉਹਨਾਂ ਨੂੰ ਭਾਰਤੀ ਖਤਰਿਆਂ ਵਿੱਚ ਪਾ ਰਹੇ ਹਨ। ਡੰਡੀ ਤੀਜਾ, ਅਮਰੀਕਾ ਵੱਲੋਂ ਇਹਨਾਂ ਨਜਾਇਜ਼ ਪ੍ਰਵਾਸੀਆਂ ਨੂੰ ਮੁਲਕ ਵਿੱਚ ਦਾਖਲ ਹੋ ਜਾਣ ਤੇ ਫੜ ਕੇ ਬੜੀ ਭਾਰੀ ਕੀਮਤ ਉੱਤੇ ਉਹਨਾਂ ਦੇ ਵਤਨ ਵਾਪਸ ਭੇਜ ਦਿੱਤਾ ਜਾਵੇਗਾ, ਜਿਸ ਨਾਲ ਉਹਨਾਂ ਦੀਆਂ ਅਮਰੀਕੀ ਸੁਪਨਾ ਸਾਕਾਰ ਕਰਨ ਦੀਆਂ ਉਮੀਦਾਂ ਧੁੰਦਲਾ ਜਾਣਗੀਆਂ। ਡੰਡੀ ਚੌਥਾ, ਅਮਰੀਕੀ ਪ੍ਰਸ਼ਾਸਨ ਨਿਕਾਰਾਗੁਆ ਵਿੱਚ ਚਾਰਟਰ ਉਡਾਣਾਂ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਦੇ ਮਾਲਕਾਂ, ਕਾਰਜਕਾਰੀਆਂ ਅਤੇ ਸੀਨੀਅਰ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕਰਨ ਦੀਆਂ ਵਿਉਂਤਾਂ ਬਣਾ ਰਿਹਾ ਹੈ। ਡੰਡੀ ਅਮਰੀਕੀ ਐਕਟ ਦੀ ਧਾਰਾ 212(a)(3)(c) ਵਿਦੇਸ਼ ਮੰਤਰੀ ਨੂੰ ਅਜਿਹੇ ਕਿਸੇ ਵੀ ਦਰਖਾਸਤਕਰਤਾ ਦੀ ਬੇਨਤੀ ਰੱਦ ਕਰਨ ਦੀ ਇਜਾਜ਼ਤ ਦਿੰਦੀ ਹੈ ਜਿਸ ਦਾ ਅਮਰੀਕਾ ਵਿੱਚ ਦਾਖਲਾ ਜਾਂ ਉਸ ਦੀਆਂ ਤਜਵੀਜ਼ਸ਼ੁਦਾ ਸਰਗਰਮੀਆਂ ਨਾਲ ਅਮਰੀਕਾ ਲਈ ਵਿਦੇਸ਼ ਨੀਤੀ ਪੱਖੋਂ ਸੰਭਵ ਤੌਰ ਤੇ ਗੰਭੀਰ ਮਾੜੇ ਨਤੀਜੇ ਨਿਕਲ ਸਕਦੇ ਹੋਣ। ਡੰਡੀ ਨਵੰਬਰ ਵਿੱਚ ਬੀਤੇ ਕੀਤੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਉਹ ਵਿਵਸਥਾ ਹੈ ਜਿਸ ਦੀ
ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਨਿਕਾਰਾਗੁਆ ਵਿਚਲੇ ਗਰੋਹਾਂ ਦੇ ਸਰਗਰਮੀਆਂ ਅਤੇ ਉਹਨਾਂ ਦੇ ਦੁਨੀਆ ਭਰ ਵਿਚਲੇ ਸਹਿਯੋਗਾਂ ਅਤੇ ਮਦਦਗਾਰਾਂ ਖਿਲਾਫ ਇਸਤੇਮਾਲ ਕਰਨ ਦੀ ਯੋਜਨਾ ਬਣਾਈ ਗਈ ਹੈ। ਡੰਡੀ UAE ਨਿਕਾਰਾਗੁਆ ਚਾਰਟਰ ਉਡਾਣਾਂ ਦੀ ਸ਼ੁਰੂਆਤ ਤੋਂ ਐਨ ਪਹਿਲਾਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਇਸ ਕਾਨੂੰਨ ਤਹਿਤ ਉਹਨਾਂ ਲੋਕਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਅਜਿਹੇ ਪ੍ਰਵਾਸੀਆਂ ਨੂੰ ਨਿਕਾਰਾਗੁਆ ਵਿੱਚ ਢੋਣ ਲਈ ਉਡਾਣਾਂ ਚਲਾ ਰਹੇ ਹਨ ਜਿਹੜੇ ਪ੍ਰਵਾਸੀਆਂ ਦੀ ਆਖਰੀ ਮੰਜ਼ਿਲ ਅਮਰੀਕਾ ਮੈਕਸੀਕੋ ਸਰਹੱਦ ਤੱਕ ਪੁੱਜਣਾ ਹੈ ਤਾਂ ਕਿ ਉੱਥੋਂ ਉਹ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਟੱਪ ਕੇ ਅਮਰੀਕਾ ਵਿੱਚ ਦਾਖਲ ਹੋ ਸਕਣ। ਡੰਡੀ ਲਓ ਜੀ, ਇੱਥੇ ਆਪਣੀ ਜਿਹੜੀ ਡਿਕਟੇਸ਼ਨ ਸੀ 85 words per minute ਦੀ ਕੰਪਲੀਟ ਹੋ ਗਈ ਹੈ। ਜੇਕਰ ਤੁਹਾਨੂੰ ਡਿਕਟੇਸ਼ਨ ਵਧੀਆ ਲੱਗਦੀ ਤਾਂ ਪਲੀਜ਼ ਚੈਨਲ ਸਬਸਕ੍ਰਾਈਬ, ਲਾਈਕ, ਸ਼ੇਅਰ ਕਰਨਾ ਨਾ ਭੁੱਲੋ। ਇਸੇ ਤਰ੍ਹਾਂ ਤੁਹਾਨੂੰ ਹੋਰ ਡਿਕਟੇਸ਼ਨ ਦੀ ਵੀਡੀਓਜ਼ ਮਿਲਦੀਆਂ ਰਹਿਣਗੀਆਂ ਸਾਡੇ ਚੈਨਲ ਨੂੰ ਬਣੇ ਰਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਰੀਬ 300 ਭਾਰਤ